बल गाए ऐसे गुरु को बल बल।
बल जाए। ऐसे गुरु को, ऐसे गुरु को, ऐसे गुरु को बल बल जाए। आओ गुरु प्यारी साथ संग जियो। वाह आनंद साहब तो पहला। हाँ जी श्रीपाल जी भजन कर लेना। हाँ जी हाँ जी साथ संग जी श्रीपाल सिंह जी भाई महावीर सिंह जी भाई सुखविंदर सिंह जी तानू आनंद साहब सरवण कराणगे जो तन गुरु ग्रंथ साहब महाराज की हजूरी दे विच आप जी ने रागात्मक कीर्तन का जे आनंद तुहानू लग्या कि रागों के विच कीर्तन आप राग दे बार करी तो फिर तुसीं पंज जकारे ला दो ਭੈਣਾਂ ਬੱਚਿਆਂ ਵੱਲੋਂ ਕੋਈ ਜਕਾਰਾ ਨਹੀਂ ਹੈ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀਓ ਮੈਂ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੰਨੇ ਸਮੇਂ ਤੱਕ 11 ਵਜੇ ਚੱਲੇ ਨੇ ਆਪ ਜੀ ਨੇ ਬੈਠ ਕੇ ਸੁਣਿਆ ਉਸਤਾਦ ਜੀ ਜ਼ਿਆਦਾਤਰ ਅਸੀਂ ਦੇਖਿਆ ਕਿ ਸੰਗਤ ਚਲੇ ਜਾਂਦੀ ਹੈ ਉਸਤਾਦ ਜੀ ਹਾਂਜੀ ਮੈਂ ਇੱਕ ਸ਼ਬਦ ਹੋਰ ਹਾਜ਼ਰੀ ਲਾਉਣੀ ਜੀ ਮੇਰੇ ਸਾਹਮਣੇ ਸ਼ਬਦ ਆ ਗਿਆ ਇੱਕ ਬੜਾ ਅੱਛਾ ਸ਼ਬਦ ਸੰਗਤ ਬੈਠੀ ਸਤ ਵਚਨ ਕਰ ਰਿਹਾ ਅਤੇ ਮੈਂ ਉਸ ਤੋਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਜੋ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੰਮੂ ਉਹਨੂੰ ਹੁਣ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਹਾਂ ਕਿਉਂਕਿ ਹੁਣੇ ਵੀ ਇੱਕ ਬੱਚੀ ਮਿਲ ਕੇ ਗਈ ਉਹਦਾ ਮਨ ਬੈਰਾਗ ਵਿੱਚ ਭਰਿਆ ਹੋਇਆ ਸੀ ਅਤੇ ਕਿ ਅਸੀਂ ਰਾਗਾਤਮਕ ਕੀਰਤਨ ਸਿੱਖਣਾ ਚਾਹੁੰਦੇ ਹਾਂ ਬੱਚੇ ਸਿੱਖਣਾ ਚਾਹੁੰਦੇ ਨੇ ਅਤੇ ਜਿਹੜੇ ਵੀ ਸਿੱਖਣਾ ਚਾਹੁੰਦੇ ਨੇ ਅਤੇ ਮੈਂ ਇਹ ਬੇਨਤੀ ਕਰੂੰਗਾ ਕਿ ਅਸੀਂ ਬੜੀ ਦੂਰੋਂ ਚੱਲ ਕੇ ਆਉਂਦੇ ਹਾਂ ਲੁਧਿਆਣੇ ਤੋਂ ਅਤੇ ਜਦੋਂ ਕਲਾਸ ਹੋਵੇ ਤਾਂ ਜ਼ਰੂਰ ਸਾਰੇ ਟਾਈਮ ਕੱਢਿਆ ਕਰੋ ਅਤੇ ਅਸੀਂ ਵੱਧ ਤੋਂ ਵੱਧ ਲਾਹਾ ਲੈ ਸਕੀਏ ਗੁਰਮਤਿ ਸੰਗੀਤ ਪਰੰਪਰਾ ਹੈ ਜਿਸ ਨੂੰ ਅਸੀਂ ਅੱਗੇ ਵਧਾਉਣਾ ਹੈ ਅਤੇ ਮੈਂ ਉਸ ਤੋਂ ਪਹਿਲਾਂ ਕਿ ਭਾਈ ਸ੍ਰੀਪਾਲ ਸਿੰਘ ਜੀ ਇੱਕ ਸ਼ਬਦ ਤੁਹਾਨੂੰ ਸਰਵਣ ਕਰਾਉਂਦੇ ਨੇ ਮੈਂ ਭਾਈ ਮੋਹਿੰਦਰਪ੍ਰੀਤ ਸਿੰਘ ਜੀ ਨਦਰ ਫਾਊਂਡੇਸ਼ਨ ਦੀ ਸਾਰੀ ਟੀਮ ਜਿਨ੍ਹਾਂ ਨੇ ਉਪਰਾਲਾ ਕੀਤਾ ਰਾਗਾਤਮਕ ਕੀਰਤਨ ਦਾ ਉਹਨਾਂ ਨੇ ਇਹਨਾਂ ਦਾ ਸਨਮਾਨ ਕਰਨਾ ਫਿਰ ਨਾਲ ਹੀ ਸ਼ਬਦ ਦੇ ਆਨੰਦ ਸਾਹਿਬ ਸ਼ੁਰੂ ਕਰ ਦੇਣਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਨਮਾਨ ਚਿੰਨ੍ਹ ਭਾਈ ਸ੍ਰੀਪਾਲ ਸਿੰਘ ਦਿਓ ਇੱਕ ਬਾਣੀ ਚੈਨਲ ਜਿਨ੍ਹਾਂ ਨੇ ਅੱਜ ਮੇਰੀ ਇੰਟਰਵਿਊ ਕੀਤੀ ਹੈ ਉਹ ਇੰਟਰਵਿਊ ਆਪ ਜੀ ਸੁਣੋਗੇ ਗੁਰਮਤਿ ਸੰਗੀਤ 'ਤੇ ਬੜੇ ਪਿਆਰ ਵਾਲੇ ਵੀਰ ਜੀ ਨੇ ਭੈਣ ਜੀ ਨੇ ਸਤਿਗੁਰੂ ਇਹਨਾਂ ਨੂੰ ਖੁਸ਼ੀਆਂ ਦੇਣ ਇਹ ਸਪਸ਼ਟਤਾ ਨਾਲ ਸੱਚਾਈ ਨਾਲ ਇਸ ਚੈਨਲ ਰਾਹੀਂ ਗੁਰਮਤਿ ਦੀ ਗੁਰਬਾਣੀ ਕੀਰਤਨ ਦੀ ਸੇਵਾ ਕਰ ਸਕਣ ਮੈਂ ਆਸ ਕਰਦਾ ਆਪ ਸੰਗਤ ਤੋਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਆਪਾਂ 2-3 ਮਹੀਨਿਆਂ ਤੱਕ ਜਦੋਂ ਟਾਈਮ ਬਣਿਆ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਰਾਗ ਦਰਬਾਰ ਜਿਵੇਂ ਸਾਲ ਦੇ ਵਿੱਚ 4 ਰਾਗ ਦਰਬਾਰ ਆਪਾਂ ਕਰ ਲਈਏ ਅਤੇ ਉਹਦੇ ਵਿੱਚ ਜੋ ਸਾਡਾ ਟ੍ਰੈਡੀਸ਼ਨ ਹੈ ਪੜਤਾਲਾਂ ਵੀ ਨੇ ਧਰੁਪਦੀ ਵੀ ਹੈ ਖਿਆਲ ਗਾਇਕੀ ਵੀ ਹੈ ਫੋਕ ਵੀ ਹੈ ਉਹ ਵਾਰੀ ਵਾਰੀ ਅਸੀਂ ਗਾਇਨ ਕਰਾਂਗੇ ਅਤੇ ਮੈਂ ਹੁਣੇ ਭਾਈ ਮੋਹਿੰਦਰਪ੍ਰੀਤ ਸਿੰਘ ਜੀ ਨੂੰ ਕਹਿ ਰਿਹਾ ਸੀ ਕਿ ਆਪਾਂ ਪਹਿਲੀ ਵਾਰੀ ਇੱਕ ਹੋਰ ਕਾਰਜ ਕਰੀਏ ਕਿ ਗੁਰਬਾਣੀ ਦੇ 31 ਰਾਗ ਪੂਰੇ ਜੋ ਮੁੱਖ ਰਾਗ ਨੇ ਇਸ ਸਥਾਨ 'ਤੇ ਜੰਮੂ ਸ਼ਹਿਰ ਦੇ ਵਿੱਚ ਆਪਾਂ ਗਾਈਏ ਰਾਤ ਸ਼ਨੀਵਾਰ ਦੀਵਾਨ ਸ਼ੁਰੂ ਕਰਕੇ ਰਾਤ ਦੇ ਰਾਗ ਰਾਤ ਦੇ ਦੀਵਾਨਾਂ ਦੇ ਵਿੱਚ ਫਿਰ ਅਗਲੇ ਦਿਨ ਆਸਾ ਦੀ ਵਾਰ ਦੇ ਵਿੱਚ ਸਵੇਰ ਦੇ ਰਾਗ ਆ ਜਾਣਗੇ ਫਿਰ ਥੋੜ੍ਹੀ ਜਿਹੀ ਰੈਸਟ ਕਰਕੇ ਸ਼ਾਮ ਫਿਰ ਅਸੀਂ ਦੁਪਹਿਰੇ 10-11 ਵਜੇ ਸ਼ੁਰੂ ਕਰਕੇ 5-6 ਵਜੇ ਤੱਕ 31 ਰਾਗ ਪੂਰੇ ਅਸੀਂ ਕਈ ਕੰਟਰੀਜ਼ ਦੇ ਵਿੱਚ ਅਸੀਂ ਗਾ ਲਏ ਹਾਂ ਅਤੇ ਅਸੀਂ ਇੱਥੇ ਵੀ ਮੰਨਿਆ ਕਿ ਆਪਾਂ ਜ਼ਰੂਰ ਉਹ ਗਾਇਨ ਕਰਾਂਗੇ ਅਤੇ ਤੁਸੀਂ ਅਸੀਸ ਦੇਣੀ ਨਾਲ ਸਟੂਡੈਂਟਸ ਹੋਣਗੇ ਅਤੇ ਨਾਲ 5-6 ਜੱਥੇ ਅਸੀਂ ਲੈ ਕੇ ਆਵਾਂਗੇ ਸਤਿਗੁਰੂ ਕਿਰਪਾ ਕਰਨ ਆਓ ਮੈਂ ਬੇਨਤੀ ਕਰਦਾ ਹਾਂ ਜਸਵਿੰਦਰ ਵੀਰ ਜੀ ਨਦਰ ਫਾਊਂਡੇਸ਼ਨ ਵਾਲੇ ਇਹਨਾਂ ਦਾ ਬੜਾ ਪਰਉਪਕਾਰ ਹੈ ਪਤਾ ਨਹੀਂ ਕਿੰਨਿਆਂ ਦੇ ਘਰ ਬਣਾ ਦਿੱਤੇ ਕਿੰਨਿਆਂ ਨੂੰ ਦਵਾਈਆਂ ਹਸਪਤਾਲ ਦੇ ਵਿੱਚ
ਇਹ ਵੀ ਮੇਰੇ ਸਟੂਡੈਂਟ ਨੇ, ਪਰ ਜਦੋਂ ਇਹਨਾਂ ਦੇ ਕਾਰਜ ਦੇਖਦਾ ਤਾਂ ਮੇਰਾ ਸਿਰ ਝੁਕਦਾ ਹੈ। ਇਹ ਇਮਾਨਦਾਰ ਨੇ ਦਿਲੋਂ। ਮੈਂ ਇਹਨਾਂ ਨੂੰ ਬੈਰਾਗ 'ਚ ਆਉਂਦੇ ਵੀ ਦੇਖਦਾ, ਕਿਸੇ ਦਾ ਦੁੱਖ ਦੇ ਵੇਲੇ ਮੈਂ ਇਹਨਾਂ ਨੂੰ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦਿਆਂ ਵੀ ਦੇਖਦਾ, ਜੇ ਕਿਸੇ ਦਾ ਘਰ ਬਣ ਗਿਆ। ਇਹ ਰੂਹਾਂ ਘੱਟ ਇਸ ਸੰਸਾਰ ਵਿੱਚ ਆਉਂਦੀਆਂ ਨੇ। ਇਹਨਾਂ ਨੂੰ ਬੇਨਤੀ ਕਰੂੰਗਾ ਕਿ ਭਾਈ ਸਾਹਿਬ ਦਾ ਸਨਮਾਨ ਕਰਨ, ਭਾਈ ਸ੍ਰੀਪਾਲ ਸਿੰਘ ਜੀ, ਭਾਈ ਮਹਾਂਵੀਰ ਸਿੰਘ ਜੀ, ਅਤੇ ਜਿਨ੍ਹਾਂ ਨੇ ਇੱਕ ਪਰੰਪਰਾ ਨੂੰ ਸਾਂਭ ਲਿਆ, ਤੰਤੀ ਸਾਜਾਂ ਨਾਲ ਕੀਰਤਨ ਕਰਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਇਹਨਾਂ ਲਈ ਹਮੇਸ਼ਾ ਅਸੀਂ ਅਰਦਾਸ ਕਰਦੇ ਹਾਂ ਜੀ। ਠੀਕ ਉਸਤਾਦ। ਇੱਕ ਕੈਲੀਗ੍ਰਾਫੀ ਸਾਡੀ ਬੱਚੀ ਕਿਰਨ ਕੌਰ ਨੇ ਬਣਾਈ ਹੈ ਉਸਤਾਦ ਜੀ ਵਾਸਤੇ, ਅਤੇ ਉਹ ਜ਼ਰੂਰ ਅਸੀਂ ਉਸਤਾਦ ਜੀ ਨੂੰ ਜਿਹੜੀ ਉਹ ਗਿਫਟ ਦੇਣਾ ਚਾਹੁੰਦੇ ਸੀਗੇ। ਅਤੇ ਭੈਣ ਜੀ ਦਿਓ ਇਹ ਹੱਥ ਲਿਖਤ ਕੈਲੀਗ੍ਰਾਫੀ ਗੁਰਬਾਣੀ 'ਚ ਕਿਰਨ ਭੈਣ ਨੇ ਬਣਾਈ। ਬੋਲੇ ਸੋ ਨਿਹਾਲ, ਅਸੀਂ ਬਾਬਾ ਫਤਿਹ ਸਿੰਘ ਗੁਰੂ ਘਰ ਦੇ ਗ੍ਰੰਥੀ ਸਿੰਘ ਜੀ ਉਹਨਾਂ ਨੂੰ ਵੀ ਸਨਮਾਨਿਤ ਕਰਨਾ ਚਾਹੁੰਦੇ ਹਾਂ, ਜਿਹੜੇ ਇੰਨੇ ਸਮੇਂ ਤੱਕ ਸਾਡੇ ਨਾਲ ਬੈਠੇ ਰਹੇ। ਕਿਰਪਾ ਕਰਕੇ ਗ੍ਰੰਥੀ ਸਿੰਘ ਜੀ ਉਹਨਾਂ ਨੂੰ ਵੀ ਸਨਮਾਨਿਤ ਕਰਨਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Oh,
ਸਰ ਸੇ ਪੂਰੇ ਗੁਰੇ ਜਾਣੀ ਸੁਣਦੇ ਕਹਿੰਦੇ ਪਵਿੱਤ ਸਤਿਗੁਰ ਰਹੇ ਆ ਪਰ ਪੂਰੇ ਬਿਰਵੰਤ ਨਾਨਕ ਪਰ ਚਰਨ ਲਾਗੇ ਵਾਜੇ ਤੁਰੇ ਸਲੋ ਪਵਨ ਗੁਰੂ ਪਾੜੇ ਪਿਤਾ ਮਾਤਾ ਦਰਤ ਮਹਤ ਰਾਤ ਦੋਏ ਦਾਈ ਦਾਇਆ ਕੇਲੇ ਸਗ ਜਗਤ ਚੰਗਿਆਂ ਪਰਿਆ ਸਤਸੰਗ ਜੀ ਸਾਰੇ ਗੱਜ ਕੇ ਪਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ